ਲੰਗਰ ਦੇ ਟਾਈਮ ਇਹਦਾ ਹੀ ਸੀ ਆਪਾਂ ਲੰਗਰ ਦੇ ਟਾਈਮ ਇਹਦਾ ਹੀ ਸੀ ਆਪਾਂ ਜਦੋਂ ਆ ਗਏ ਬੈਗੀ ਪੀੜੀ ਦੇ ਬਸ ਆ ਚੱਕ ਪਕਾਓ ਦਿਖਾਓ ਤੁਹਾਨੂੰ ਤਾਂ ਤੱਕ ਚੱਕੋ ਪਕਾ ਲੋ ਕਾ ਉਹ ਚੱਲ ਲਾ ਲਾ ਹੁਣ ਰੋਟੀ ਨਹੀਂ ਮੈਂ ਨਹੀਂ ਰੋਟੀ ਪਕਾਉਣੀ ਨਹੀਂ ਮੈਂ ਨਹੀਂ ਪਕਾਉਣੀ ਮੈਂ ਤੈਨੂੰ ਦੱਸਦਾ ਮੈਂ ਨਹੀਂ ਰੋਟੀ ਪਕਾਉਣੀ ਸੇਵਿਆਂ 'ਚ ਲੱਤਾਂ ਹੁਣ ਇਹ ਰੋਹਬ ਦਿਖਾਉਂਦਾ ਅੱਜ ਤਾਂ ਲੰਗਰ ਪਕਾਉਣ ਨੂੰ ਵੱਡੀ ਰੋਹ ਨੂੰ ਜੀ ਨਹੀਂ ਕਰਦਾ ਜੀ ਮੇਰਾ ਜੇ ਰੋਟੀ ਲਾਉਣੀ ਲਾ ਜਨੇ ਬਾਲੇ ਗੱਲਣਾ ਮਾਰ ਅੱਗ ਹਲਾਤਾ ਝੋਕਾ ਹਲਾਤਾ ਹਾਂ ਹੈ ਹੋ ਮਾਰੇ ਦੇਖ ਨਾ ਕੀ ਕੀ ਮਾਰੇ ਕੋਲ ਇੱਕ ਅੱਧਾ ਹੈਗਾ ਪੰਜ ਛੇ ਇਕੱਠੇ ਹੀ ਥੁੰਨ ਤੇ ਵਿੱਚ पछोड़ा फेर के ना मैं आराम लिया सारा आटा भर जाना भर जान दे कोई ना चल ला ला हुण रोटी चल मचा ली अग यार फिर दंड लगी जांदी है चल चल आ जा हुण तू कदे चल बहन भूखा गला भूखा फिर मार आ गया मैं लकड़ मारी बहर कड के मैं हुण फूका मारी जानी डैडी ने चल तू मचा डैडी तो कथे मचे लिया मैं मचावा फूका मारी चल तार करता वा मम्मी पजाती सी डैडी ने तो मैं मचाई कल लकड़ा भी गलियां लिया इथों ला मैं की उदो कही गया आही पालो आही पालो चल मम्मी ओ तू मचा ला यार डैडी तो नहीं मचनी अग अग ना मच पी चल फिर रख कर उत्ते सारा आटा भरता तेरा ਲੈ ਇਹਦਾ ਮੂੰਹ ਹੀ ਹੋਰ ਤਰ੍ਹਾਂ ਬਣਾਈ ਬੈਠੀ ਐ ਮੰਮੀ ਤਾਂ ਮਾਰੀ ਚਲੋ ਫੂਕਾ ਹੁਣ ਉਹ ਗੱਲਾ ਬਾਹੂ ਥੱਲੇ ਵਾਲੀ ਲੱਕੜ ਗਿੱਲੀ ਆ ਜਿਹੜੀ ਸੁੱਕੀ ਸੀ ਉਹਦਾ ਤੁਸੀਂ ਬਾਹਰ ਮਾਰੀ ਕੱਢ ਕੇ ਉਹ ਪਈ ਆ ਉਧਰ ਕੀ ਆ ਲਾਓ ਲੱਕੜਾਂ ਨੀ ਇਹਨੇ ਮੱਚਣਾ ਵਾ ਸੁੱਕੀਆਂ ਵਾ ਉਹ ਲੱਕੜ ਕਾਹਦੋਂ ਬਾਹਰ ਮਾਰੀ ਕੱਢ ਕੇ ਉਹ ਯਾਰ ਐਵੇਂ ਉੱਚੀ ਸੀ ਉਹ ਹੈ ਉੱਚੀ ਸੀ ਮੰਮੀ ਦਾ ਮਚਾਈ ਜਾਂਦੀ ਸੀ ਉਹਨੂੰ ਲਾ ਹੋਰ ਮੰਮੀ ਦਾ ਮੈਂ ਕਹਾਂ ਲਟੜਾ ਮਚਾ ਦੀ ਮੱਚਦੀ ਨਹੀਂ ਸੀ ਅੱਗ ਪਹਿਲਾਂ ਓ ਅੱਗ ਮੱਚਦੀ ਨਹੀਂ ਸੀ ਪਹਿਲਾਂ ਮੱਚਦੀ ਸੀ ਫੇਰ ਸਾਰਾ ਕੁਝ ਹੁੰਦਾ ਸੀ ਇਹਨੇ ਇਹ ਵੀ ਮਾਰਨੇ ਆ ਤੂੰ ਦੇਂਦਾ ਜਾ ਇਹ ਵੀ ਛੱਡਣੇ ਉੱਧਰ ਜਾਣੇ ਬਾਤ ਦੇ ਵਿੱਚ ਤੂੰ ਇੱਕ ਬਣਾ ਨਾ ਇਹ ਵੀ ਕੱਢ ਕੇ ਮਾਰਨੇ ਨੇ ਇਹ ਆ ਜਾਣੇ ਦਿਖਾਉਂਦਾ ਆ ਜਾਣੇ ਆਉਂਦਾ ਹਾਂ ਸੇਵਿਆਂ 'ਚ ਲੱਤਾਂ ਹੁਣ ਇਹ ਰੋਹਬ ਦਿਖਾਉਂਦਾ ਰੋਹਬ ਨਾ ਦਿਖਾਉਂਦਾ ਇਹ ਹੁਣ ਸੇਵਿਆਂ 'ਚ ਲੱਤਾਂ ਹੁਣ ਇਹਦੀਆਂ ਗੱਲ ਕੀ ਹੋ ਗਈ ਸੀ ਗੱਲ ਕਹਿੰਦੇ ਛੇਤੀ ਰੋਟੀ ਤਵੇ ਤੇ ਸੈੱਟ ਹਾਂ ਲੈ ਮੈਂ ਮੇਰੇ ਮੂੰਹ ਜਾ ਕੇ ਡਿੱਗੇ ਛਈ ਜਾਣੇ ਨਹੀਂ ਖਾ ਕੇ ਮਰ ਗਈ ਕਿਉਂ ਮਰ ਗਈ ਨਾ ਪਹਿਲੇ ਅੱਗ ਚੰਗੀ ਬੜੀ ਮਰ ਜਣ ਪਾਇਆ ਉਹ ਮਾਰਿਆ ਚੱਕ ਉਹ ਮੰਮੀ ਦਾ ਕਹਿੰਦੀ ਤੁਸੀਂ ਮਾਰਿਆ ਮੰਮੀ ਨੇ ਮਾਰੀ ਆ ਹਾਂ ਤੂੰ ਮਾਰੀ ਆ ਹਾਂ ਲੈ ਡੈਡੀ ਦਾ ਤੇਰਾ ਨਾਂ ਲਈ ਜਾਂਦਾ ਫਿਰ
ਆ ਲੱਕਾਂ ਟੇਢੀ ਕਰ ਲਈ ਬਰਕਾ ਤੂੰ ਪ੍ਰਾਂਤ ਮਾਰਨੇ ਸੀ ਉਧਰ ਇਹ ਬਚ ਗਈ ਮੇਰੇ ਹੱਥ ਚ ਬਚੀ ਪਈ ਸੀ ਇਹ ਕਹਿੰਦਾ 6 ਦਿਨ ਮੇਰੇ ਮੂੰਹ ਚ ਡਿੱਗੇ ਰੋਟੀ ਹਾਂ ਹੂੰ ਭੁੱਖ ਲੱਗਿਓ ਜਾਣਾ ਆਉਣਾ ਬਿੱਟੂ ਕੋਲੇ ਹੈ ਜਾਵੇ ਜਿਹੜੇ ਖਸਮ ਕੋਲੇ ਜਾਣਾ ਬਿੱਟੂ ਡੀਕਦਾ ਹੋਣਾ ਅੱਜ ਤਾਂ ਮੌਸਮ ਵੀ ਸਾਫ ਆ ਤਾਂ ਹੀ ਇਹਨੂੰ ਛੇਤੀ ਭੁੱਖ ਲੱਗੀ ਆਈ ਡੈਡੀ ਨੂੰ ਅੱਜ ਮੌਸਮ ਸਾਫ ਆ ਚੱਕ ਲੈ ਜਾ ਜਿਹੜਾ 8000 ਦੇ ਕੇ ਗਿਆ ਨਾ ਬਾਪੂ ਉਹ ਲੈ ਜਾ ਉਹ ਜੇਠਾ ਪੁੱਤ ਵਾਇਦਾ ਜੇਠੇ ਪੁੱਤ ਨੂੰ ਤਾਂ ਕੱਢ ਕੇ ਜਾਨ ਵੀ ਦੇ ਦੂ ਤੇ ਵਿਆਜ ਤੇ ਵੀ ਲੈ ਕੇ ਦੇ ਦੂਗਾ ਡੈਡੀ ਮੂਹਰੇ ਬੈਠਾ ਯਾਰ ਤਾਂ ਨਹੀਂ ਅੱਗ ਮੱਚਦੀ ਗੀ ਹਾਂ ਇਧਰੋਂ ਹਵਾ ਨਹੀਂ ਪੈਂਦੀ ਗੀ ਚੱਕ ਪਟਾ ਬੈਂਕ ਦੇ ਲੈ ਜਾਓ 6 ਦਿਨ ਆ ਕੇ ਬਹੁਤ ਆ ਵਿਸ਼ਾਵਾ ਸ਼ੇ ਬਾਪੂ ਤਾਂ ਮੇਰਾ ਸਾਰਤਾ ਹੁਣ ਅੱਜ ਲੈ ਜਾ ਚੱਕ ਬਣਾ ਲਾ ਜਾ ਕੇ ਕੋਈ ਬੇਇੱਜ਼ਤੀ ਹੋ ਤੀਵੀਂ ਤੂੰ ਵੀ ਗੁੱਸਾ ਕਰ ਗਈ ਅੱਜ ਬਾਬੇ ਮੂਹਰੇ ਬੇਨਤੀ ਨੀ ਕੀਤੀ ਬੇਨਤੀ ਕਰਿਆ ਕਰ ਬਾਬੇ ਮੂਹਰੇ ਕਾਹਦੀ ਮੈਂ ਰੋਟੀਆਂ ਪਕਾ ਕੇ ਮੈਂ ਜਾਨੀ ਲਾਂ ਕਿੱਥੇ ਲਾਂ ਨੂੰ ਬਣਾਤਾ ਸਭ ਕੁਝ ਬਣਾਇਆ ਪਿਆ ਉਹਦਾ 2 ਦਿਨ 4 ਦਿਨ ਖਾਇਓ ਤੂੰ ਕਿੱਥੇ ਜਾਣਾ ਜਿੱਥੇ ਮਰਜ਼ੀ ਜਾਇਆ ਮੈਂ 4 ਦਿਨ ਲਾ ਕੇ ਆਉਣੀ ਮੈਂ ਤਾਂ ਹੁਣ ਲਾ ਕੇ ਤਾਂ ਆਈ ਆ 4 ਦਿਨ ਪਿੱਛੇ ਹੁਣ ਪੇਕੇ ਹਾਂ ਇਹਦਾ ਬਹਾਨਾ ਹੀ ਭਾਲਦੀ ਆ ਜਾਣ ਦਾ ਗੱਡੀ ਤੇ ਛੱਡ ਕੇ ਆਵਾਂਗਾ ਫੇਰ ਬੱਸਾਂ ਦਾ ਜਾਂਦ ਗਏ ਨੀ ਅੱਜ ਤਾਂ ਐਤਵਾਰ ਮੈਂ ਪਤਾ ਨੀ ਕੀ ਹੋ ਗਿਆ ਫਿਰ ਬਾਹਰ ਕਾਹਤੋਂ ਮਾਰੀ ਉਹ ਲੱਕੜ ਖੜੀ ਸੀ ਹੁਣ ਕਿਤੇ ਪੱਟ ਨੀ ਵਧੀਆ ਮਾਂ ਮਚਾਈ ਸੀ ਅੱਗੋਂ ਲਾ ਕੇ ਇਹਨੂੰ ਪਤਾ ਨੀ ਕੀ ਹੈ ਚਲੋ ਜੀ ਚਲੋ ਜੀ ਚੱਲ ਪਈ ਗੱਡੀ ਜੇ ਇਹਦੇ ਮਦਦ ਕੋਲ ਕਰਾ ਦੇਵੇ ਫੇਰ ਵੀ ਔਖਾ ਔਖੀ ਹੈ ਮੈਂ ਨਹੀਂ ਲੋੜ ਮਦਦ ਦੀ ਆਪਦੀ ਮਦਦ ਆਪਦੇ ਕੋਲ ਹੀ ਰੱਖਿਆ ਕਰ ਮੈਨੂੰ ਨਹੀਂ ਲੋੜ ਮਦਦ ਦੀ ਆਪਦੀ ਮਦਦ ਆਪਦੇ ਕੋਲ ਹੀ ਰੱਖਿਆ ਕਰ ਮੈਨੂੰ ਨਹੀਂ ਪਾ ਕੇ ਜਿਹੜਾ ਰੋਟੀ ਖਾਂਦਾ ਰੋਟੀ ਖਾਂਦਾ ਮੈਨੂੰ ਨਹੀਂ ਮਦਦ ਤਾਂ ਨਹੀਂ ਲੋੜ ਜਿਹੜਾ ਰੋਟੀ ਖਾਂਦਾ ਆਪਦੀ ਮਦਦ ਆਪਦੇ ਕੋਲ ਹੀ ਰੱਖਿਆ ਕਰ ਲੈ ਥਾਲਾ ਰੋਟੀ ਤੂੰ ਥਾਲੇ ਡੈਡੀ ਰੋਟੀਆਂ ਲਾਹੀਆਂ ਹੁੰਦੀਆਂ ਕਦੇ ਹੈ ਡੈਡੀ ਉਹ ਛੱਡ ਯਾਰ ਕਿੱਥੇ ਤਵੇ ਤਾਂ ਹਜੇ ਮੇਰਾ ਪਿਓ ਹੋਈ ਨਹੀਂ ਇਹਦਾ ਹਾਂ ਪਹਿਲਾਂ ਛੇਤੀ ਮਚਾ ਦੇ ਛੇਤੀ ਤਨ ਦੱਸੀ ਤੇ ਜਨੇ ਕਿਹਨਾਂ ਦਾ ਚੱਕ ਦਾ ਮੂੰਹ ਤੇ ਸੱਟ ਲੈ ਜਾਈ ਜਾਣੇ ਚੱਕ ਦਾ ਬੜਾ ਬੜਾ ਕੰਮ ਕਰ ਰਿਹਾ ਆ ਦੇਖ ਕਿੱਥੇ ਸੱਜਦੀ ਉਹ ਥਲ ਦੇਣਾ ਆ ਛੇਤੀ ਹੋ ਗਈ ਵੀ ਆ ਰੋਟੀਆਂ ਲੈ ਲੈ ਚੱਕ ਕੱਚੀ ਚਿੰਤਾ ਨਾ ਕਰ ਲੈਣਾ ਪੂਰਾ ਤਵੇ ਨੂੰ ਤੂੰ ਹੀ ਥੱਲ ਮੈਂ ਨੱਕੀ ਪਈ ਹਾਂ ਮੈਂ ਕੀ ਕਰਾਂ ਮੇਰਾ ਨਾ ਕਿਸੇ ਪਾਸੇ ਮੇਰਾ ਲੰਗਰ ਪਕਾਉਣ ਨੂੰ ਅਜੇ ਜੀ ਨਹੀਂ ਕਰਦਾ ਮੇਰਾ ਤਾਂ ਅੱਜ ਤਾਂ ਲੰਗਰ ਪਕਾਉਣ ਨੂੰ ਵੱਡੀ ਰੂਹ ਨੂੰ ਜੀ ਨਹੀਂ ਕਰਦਾ ਜੀ ਮੇਰਾ ਜੇ ਰੋਟੀ ਲਾਉਣੇ ਲਾਜ ਨੇ ਬਾਹਾਂ ਕੱਢਣਾ ਮਾਰ ਅਰੇ ਝੋਲ ਪੁੱਲ ਜਾਣਾ ਵੀ ਪੇਕੇ ਜਾਣਾ ਇੱਥੇ ਅੱਗ ਤਾਂ ਮੱਚਦੀ ਨਹੀਂ ਪਹਿਲਾਂ ਚੰਗੀ ਭਲੀ ਅੱਗ ਮੱਚੀ ਤੁਸੀਂ ਬਾਹਰ ਮਾਰਿਆ ਝੋਕਾ ਕੱਢ ਕੇ ਉਹਨੂੰ ਤਾਂ ਲੈ ਜਾਣੀਆਂ ਸੀ ਰੋਟੀਆਂ ਦੇਖ ਹੁਣ 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 ਕਿਹੜੀ ਇਲਾਕਾ ਹੁਣ ਫੁੱਲਦੀਆਂ ਰੋਟੀਆਂ ਕਿਉਂ ਡੈਡੀ ਛੇੜ ਦਿੰਦਾ ਅੱਗ ਨੂੰ ਆ
ਵਧ ਗਿਆ ਮੱਚਦੀ ਸੀ ਹੁਣ ਅੱਗ ਡੈਡੀ ਜੋ ਗਿਆ ਅੱਗ ਨਹੀਂ ਮੱਚਦੀ ਨਾ ਮੱਚਦੀ ਨਹੀਂ ਡੈਡੀ ਤੋਂ ਬਗੈਰ ਮੱਚਦੀ ਨਹੀਂ ਪੈਣੀ ਹੈਗੀ ਡੈਡੀ ਤੋਂ ਬਗੈਰ ਤਾਂ ਹਾਂ ਅੱਗ ਕੀ ਮੱਚਣੀ ਆਟਾ ਵੀ ਨਹੀਂ ਗੁੰਜਣਾ ਡੈਡੀ ਤੋਂ ਬਗੈਰ ਆਟਾ ਨਹੀਂ ਗੁੰਜਣਾ ਇਹਦੇ ਤੇ ਗੱਲ ਸਾਗ ਨੂੰ ਤੜਕਾ ਲਾ ਲਿਆ ਤਣੀਆਂ ਪਾਤਾ ਇਹ ਦਵਾ ਚੁੱਟੇ ਪਾਇਆ ਤਣੀਆਂ ਹਾਂ ਉਵੇਂ ਹੀ ਲਾ ਉਵੇਂ ਹੀ ਲਾਤਾ ਮੰਮੀ ਉੱਤੇ ਵੀ ਤੂੰ ਪਾਇਆ ਘਰ ਕੱਟ ਕੇ ਉੱਤੇ ਕਿੱਥੇ ਪਾਵਾਂ ਮੁੰਨੇ ਦਾ ਸਾਰਾ ਪਿਆ ਹੋ ਡੱਕੇ ਤਾਂ ਪਏ ਖੜੇ ਤਣੀਆਂ ਹੁਣ ਚੱਕ ਲੈ ਦੇਖੀ ਜਾਨੀ ਉਧਰ ਖੁੰਡ ਜੇ ਨੂੰ ਯਾਰ ਆਣ ਦੇ ਕੋਈ ਹੋਰ ਦੇਖ ਲੂ ਆਇਆ ਗਿਆ ਹੈ ਆ ਜਾ ਹੋਰ ਦੇਖ ਲੂ ਮੈਂ ਦੇਖ ਲੂ ਆਇਆ ਗਿਆ ਮੈਂ ਪਤਾ ਨਹੀਂ ਕਾ ਤੂੰ ਉੱਚੀ ਉੱਚੀ ਬੋਲੀ ਜਾਂਦੀ ਹੈ ਚਲ ਪਰ ਸੁਣ ਕੇ ਜੀ ਹੋਰ ਲੈ ਮੇਰਾ ਦਿਮਾਗ ਹਿੱਲ ਲਿਆ ਵਿਆ ਦਿਮਾਗ ਤੇ ਨੁਕਸ ਪਿਆ ਵੇ ਮੇਰੇ ਗੱਲ ਜਾਣੀ ਮਾ ਕਾ ਹਲਾਤਾ ਮੇਰਾ 8000 ਨੇ ਹਾਂ ਉਹਨੇ ਪਾਤੀ ਮੇਰੇ ਦਿਮਾਗ ਤੇ ਟੈਨਸ਼ਨ ਟੈਨਸ਼ਨ ਬਾਹਰ 8000 ਨੇ ਅੱਛਾ ਕਿਹਨੂੰ ਦਿੱਤਾ ਲੈ ਉਹ ਡੈਡੀ ਤਾਂ ਮੰਨਦਾ ਹੀ ਨਹੀਂਗਾ ਬਿੱਟੂ ਨੂੰ ਹੋਰ ਕਿਹਨ ਦਿੱਤਾ ਉਹਦਾ ਮੰਨਦਾ ਮੁੰਡਾ ਲੈ ਕੇ ਕੁੜੀ ਕੱਢ ਕੇ ਉਹ ਥਾਣੇਦਾਰ ਆਇਆ ਸੀ ਉਹਨੂੰ ਫੜਾਤਾ ਹਾਂ ਉਹਦੇ ਤਾਂ ਮੁੰਡਾ ਹੀ ਹੈ ਨਹੀਂ ਬਿੱਟੂ ਦੇ ਤਾਂ ਬਥੇਰੇ ਮੁੰਡੇ ਆ ਹਾਂ ਬਥੇਰੀਆਂ ਕੁੜੀਆਂ मैनू पता पुछ कि किधर तूड़ी वाले अग तो पहला मची सी 10 मिनट हूं तो सेक ही निकलता नहीं वो बिट्टू नू 8000 रुपया दिया है रेडी वो गल गलत है मम्मी गलत क्यों हां बढ़िया होर इन मिठे पुत दा ढंग सार के आंदा हां कमली कही जाता कमली हूं गल टालती मैंटी है हूं मैंटी गल टाल दा डैडी समझाया कमली दसदा ले 8000 आप दिया या है कमली आपां नूं कही जांदा ले आपां तां 1 रुपया नहीं दिंदे किसे नूं मैं तां मरी जूं ना देवां हां ये 8000 दे आया डैडी ले डैडी पुछ ला डैडी ने नहीं लेने होर नीरे आला साफ कर लिया ता ही कहिंदा फर्श लाउणी आ उत्ते फिर मंजा डाह के पिया रहिंदा ਹੁਣ ਦਿੱਤਾ ਹੁੰਦਾ ਕੱਛ ਚ ਹਾਂ
ਧੂਣੀ ਲੱਗੀ ਹੁੰਦੀ ਆ ਸਾਰੇ ਪਿੰਡ ਦੇ ਇਹਦੇ ਸਾਰਿਆਂ ਦੇ ਫੋਨ ਹੈ ਤੇ ਜਿਹਦਾ ਮਰਜ਼ੀ ਲਵਾ ਦਾ ਜਿਹਦਾ ਮਰਜ਼ੀ ਉਹ ਆਹ ਤੇਰਾ ਗੈਸ ਵੀ ਸਰੂਟੇ ਜੇ ਮਾਰੀ ਜਾਂਦਾ ਮਾਰੀ ਜਾਵੇ ਅੱਗ ਲੱਗੇ ਮੈਂ 4 ਦਿਨ ਹੋ ਗਏ ਤੂੰ ਭਰਾ ਕੇ ਲੈ ਉਹ ਮੰਮੀ ਡੀਕਦੀ ਸੀ 8000 ਲੈ ਕੇ ਉਹ ਡੈਡੀ ਫੇਰ ਉਹ ਚੋਂ ਭਰਾ ਕੇ ਲੈ ਕੇ ਆਵਾਂਗੇ ਹੈ ਮੰਮੀ ਤੂੰ ਤਾਂ ਕਹਿੰਦੀ ਡੈਡੀ ਪੈਸੇ ਲੈ ਕੇ ਆਊਗਾ ਫਿਰ ਗੈਸ ਭਰਾਉਣਾ ਕਹਿੰਦੇ ਦੱਸ ਕਰ ਉਹ ਕਹਿੰਦਾ ਵੀ ਸਵੇਰੇ ਲੈ ਜੀ ਚੈੱਕ ਹਾਂ ਬਾਪੂ ਅੱਜ ਨਹੀਂ ਮਿਲਣਗੇ ਸਵੇਰੇ ਦੇਊਂਗਾ ਮੈਂ ਤੈਨੂੰ ਅੱਜ ਹੁਣ ਇਹਨੂੰ ਕਰ ਦੇ ਵੀ ਜਾ ਫੜ ਲਿਆ ਭਾਜਾ ਚੈੱਕ ਮੌਸਮ ਵੀ ਅੱਜ ਸਾਫ ਸਵੇਰੇ ਸੋਮਵਾਰ ਸਵੇਰੇ ਕਢਾ ਲਾਂਗੇ ਠੀਕ ਆ ਅੱਜ ਲੈ ਆਊਗਾ ਫੜ ਕੇ ਉਹ ਤਾਂ ਨਹੀਂ ਤਾਂ ਉਹ ਹੋਈ ਸੀ ਉਹ ਕਹਿੰਦਾ ਸਵੇਰੇ ਲੈ ਜੀ ਠੀਕ ਆ